सवा 7 बजे मैनू लगा पता टीवी तो कि इदां करके भाई साहब मोगा जिले के पिंड रोडे जिथे उन्हां दी दस्तारबंदी हुई सी उत्थे उन्हां ने गिरफ्तारी दित्ती अपनी। तो सानू देखो बड़ा जिहड़ी चिंता सी उह साडी दूर होई आ भी चलो एक पासे हुण काम दूजे शुरू होगा क्योंकि जिन्ना चिर चली जाते सानू तो पूरा हैगा भी पुलिस दे कोल आ पर सानू अज पता लगा भी देखो भाई साहब ते जां उन्हां दे कोई वाहिगुरू की कृपा ही जिहड़ा इन्ना चिर इदां दे माहौल दे विच बचड़े रहना। ਜਿਵੇਂ ਭਾਈ ਸਾਹਿਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਹੈਗੇ ਸੀ, ਕਦੀ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਉਹਦੇ ਦੌਰਾਨ ਵਿੱਚ ਕੋਈ ਗੱਲਬਾਤ ਹੋਈ ਹੋਵੇ ਭਾਈ ਦੇ ਨਾਲ? ਦੇਖੋ ਜੀ ਮੇਰੇ ਨਾਲ ਤਾਂ ਬਿਲਕੁਲ ਹੀ ਕੋਈ ਗੱਲਬਾਤ ਨਹੀਂ, ਮੈਂ ਤਾਂ ਤੁਹਾਨੂੰ ਦੱਸਿਆ ਮੈਨੂੰ 7:15 ਵਜੇ ਪਤਾ ਲੱਗਾ, 7:15 ਤੋਂ ਬਾਅਦ ਮੈਂ ਇੱਥੇ ਆ ਕੇ ਦੱਸਿਆ। ਜੇ ਸਾਨੂੰ ਕੋਈ ਇੱਦਾਂ ਨਹੀਂ ਪਤਾ ਹੁੰਦੀ ਜੇ ਵੀ ਉੱਥੇ ਰਾਤ ਹੈ ਤਾਂ ਅਸੀਂ ਰਾਤ ਚੱਲ ਜਾਂਦੇ, ਕੋਸ਼ਿਸ਼ ਕਰਦੇ ਮਿਲਣ ਦੀ। ਅੱਛਾ, ਉਹਨਾਂ ਨੇ ਆਪਣੇ ਸਿਲੰਡਰ ਕੰਮ ਤੋਂ ਪਹਿਲਾਂ ਕੋਈ ਤੁਹਾਡੇ ਨਾਲ ਪਰਿਵਾਰ ਦੇ ਨਾਲ ਆਪਣੇ ਮਾਤਾ ਪਿਤਾ ਨਾਲ ਕੋਈ ਸਲਾਹ ਕੀਤੀ ਕੋਈ? ਨਹੀਂ ਨਹੀਂ ਜੀ, ਕੋਈ ਸਾਡੇ ਨਾਲ ਸਲਾਹ ਨਹੀਂ, ਅਸੀਂ ਤਾਂ ਦੇਖੋ ਰੋਜ਼ ਹੀ ਪ੍ਰਸ਼ਾਸਨ ਨੂੰ ਤੁਹਾਨੂੰ ਮੀਡੀਆ ਦੇ ਥਰੂ ਵੀ ਅਸੀਂ ਕਹਿ ਰਹੇ ਹਾਂ ਵੀ ਅਸੀਂ ਸਾਡੀ ਤਾਂ ਇਹੋ ਹੀ ਵੀ ਉਹ ਜਿਸ ਤਰ੍ਹਾਂ ਦਾ ਕਹਿੰਦੇ ਹੁੰਦੇ ਸੀਗੇ ਉਸ ਤਰੀਕੇ ਦੇ ਨਾਲ ਗ੍ਰਿਫਤਾਰੀ ਉਹਨਾਂ ਨੂੰ ਦੇ ਦੇਣੀ ਚਾਹੀਦੀ ਹੈ ਜਿੱਥੇ ਕਿਤੇ, ਅਸੀਂ ਤਾਂ ਉਦੋਂ 18 ਤਰੀਕ ਤੋਂ ਕਹਿ ਰਹੇ ਸੀਗੇ। ਠੀਕ ਹੈ ਨਾ, ਅਸੀਂ ਤਾਂ ਅਸੀਂ ਕੋਈ ਇਹੋ ਜਿਹੀ ਕੋਈ ਗੱਲ ਤਾਂ ਹੈ ਨਹੀਂ, ਸਾਨੂੰ ਪਤਾ ਵੀ ਨਹੀਂ ਕਿਤੇ ਲੋਕਣਾ ਜਿਹੜਾ ਵਾ ਜਾਂ ਕਿਤੇ ਭੱਜਣਾ ਕੋਈ ਠੀਕ ਵੀ ਨਹੀਂ ਹੈਗਾ ਅਤੇ ਨਾ ਭੱਜਿਆ ਹੀ ਜਾ ਸਕਦਾ। ਤੁਸੀਂ ਅਦਾਲਤ ਦਾ ਜਿਹੜਾ ਬੂਹਾ ਵੀ ਖੜਕਾਇਆ ਸੀਗਾ, ਕੀ ਲੱਗਦਾ ਕਿ ਅਦਾਲਤ ਦੇ ਵਿੱਚ ਤੁਹਾਡੀ ਜਿਹੜੀ ਪਟੀਸ਼ਨ ਵੀ ਪਈ ਸੀ ਤਾਂ ਗ੍ਰਿਫਤਾਰੀ ਜਿਹੜੀ ਹੈ ਕਿ ਇਸ ਟਾਈਮ ਤੁਸੀਂ ਜਿਹੜਾ ਦਰਸਾ ਰਹੇ ਸੀ ਕਿ ਜਿਹੜਾ ਅੰਮ੍ਰਿਤਪਾਲ ਆ ਉਹ ਪੁਲਿਸ ਦੀ ਗ੍ਰਿਫਤ ਵਿੱਚ ਹੈ, ਤਾਂ ਕੀ ਸਾਬਤ ਲੱਗ ਰਿਹਾ ਕਿ ਹੁਣ ਜਿਹੜਾ ਅੰਮ੍ਰਿਤਪਾਲ ਖੁਦ ਸਰੈਂਡਰ ਕਰ ਰਿਹਾ, ਇਸ ਤੋਂ ਕੀ ਲੱਗ ਰਿਹਾ ਤੁਹਾਨੂੰ? ਇਹ ਤਾਂ ਦੇਖੋ ਹੁਣ ਉਹ ਜਾਂ ਤਾਂ ਉਹੀ ਦੱਸ ਸਕਦਾ ਖੁਦ, ਜਾਂ ਜਿਹੜੇ ਉੱਥੇ ਦੇ ਮੌਜੂਦ ਲੋਕ ਹੋਣਗੇ ਉਹ ਦੱਸਣਗੇ, ਜਾਂ ਉੱਥੇ ਪੁਲਿਸ ਅਧਿਕਾਰੀ ਆ ਉਹ ਕੋਈ ਜ਼ਿਆਦਾ ਸਪਸ਼ਟੀਕਰਨ ਤਾਂ ਉਹੀ ਦੇ ਸਕਦੇ ਆ ਕਿ ਉਹਨਾਂ ਨੇ ਕਿਹਾ ਤਾਂ ਉਹਨੂੰ ਫੜਿਆ ਵਾ। ਠੀਕ ਹੈ ਨਾ, ਹੁਣ ਤਾਂ ਗੁਰੂ ਘਰ ਦੀ ਅਸੀਂ ਆਪ ਟੀਵੀ ਤੋਂ ਦੇਖਿਆ ਕਿ ਉੱਥੇ ਉਹ ਜਿੱਥੇ ਉਹਨਾਂ ਦੀ ਦਸਤਾਰਬੰਦੀ ਹੋਈ ਅਸੀਂ ਤਾਂ ਮੈਂ ਅਸੀਂ ਤਾਂ ਗੁਰਦੁਆਰਾ ਸਾਹਿਬ ਨਹੀਂ ਦੇਖਿਆ ਨਾ ਅਸੀਂ ਗਏ ਹੀ ਹਾਂ, ਅਤੇ ਉੱਥੋਂ ਸਾਨੂੰ ਪਤਾ ਲੱਗਾ ਕਿ ਉਹਨਾਂ ਨੇ ਨਿਤਨੇਮ ਕੀਤਾ ਵਾ, ਇਹ ਤੋਂ ਪਤਾ ਲੱਗਦਾ ਕਿ ਫਿਰ ਉਹਨਾਂ ਗ੍ਰਿਫਤਾਰੀ ਦਿੱਤੀ ਹੋਊ। ਜਿਵੇਂ ਦੂਸਰਿਆਂ ਦੇ ਉੱਪਰ NSA ਲੱਗਾ ਵਾ, ਦੂਸਰੇ ਸਾਥੀਆਂ ਦੇ ਉੱਪਰ NSA ਲੱਗਾ ਵਾ, ਭਾਈ ਅੰਮ੍ਰਿਤਪਾਲ 'ਤੇ ਵੀ NSA ਜਿਹੜਾ ਵਾ ਲਗਾਇਆ ਜਾਵੇਗਾ, ਕੀ ਅਪੀਲ ਕਰਨਾ ਚਾਹੋਗੇ? ਨਹੀਂ NSA 'ਤੇ ਉਹ ਤਾਂ ਦੇਖੋ ਜਿਹੜੇ ਦੂਸਰੇ ਬੰਦੇ 'ਤੇ ਤਾਂ ਇਹਨਾਂ 'ਤੇ ਤਾਂ ਲੱਗਣਾ, ਇਹਦੇ 'ਤੇ ਅਸੀਂ ਥੋੜ੍ਹੀ ਕਹਿ ਸਕਦੇ ਵੀ ਉਹਦੇ 'ਤੇ ਘੱਟ ਕਰੋ। ਠੀਕ ਆ ਨਾ, ਉਹ NSA 'ਤੇ ਉਹਦੇ 'ਤੇ ਤਾਂ ਸ਼ੁਰੂ ਆ ਕੰਮ ਸਾਰਾ, ਜਿਹੜੇ ਦੂਸਰੇ ਨਾਲ ਨੋਰਮਲ ਬੰਦੇ ਆ ਉਹਨਾਂ ਦੇ ਉੱਤੇ ਤਾਂ ਅਸੀਂ ਚਲੋ ਸਾਨੂੰ ਹੁੰਦਾ ਵੀ ਉਹ ਤਾਂ ਜਿਹੜੇ ਹੈਗੇ ਇਹ ਜਿਸ ਹਿਸਾਬ ਨਾਲ ਸਰਕਾਰ ਵਾਸਤੇ ਜਿੱਦਾਂ ਹੋਊਗਾ ਸੀਗਾ ਉਹਨਾਂ ਦੇ ਤਾਂ ਕੋਈ ਭਾਈ ਬੰਦੀ ਥੋੜ੍ਹੀ ਕਰਨੀ, ਉਹਨਾਂ ਨੇ ਤਾਂ NSA ਤੋਂ ਹੋ ਸਕਦਾ ਹੋਰ ਵੀ ਕੋਈ ਲਾ ਸਕਦੇ। ਜਿਸ ਤਰ੍ਹਾਂ ਕਿਹਾ ਜਾਂਦਾ ਕਿ ਅਨੰਦਪੁਰ ਖਾਲਸਾ ਫੌਜ ਜਿਹੜੀ ਆ ਤਿਆਰ ਕੀਤੀ ਜਾ ਰਹੀ ਸੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ, ਕੋਈ ਇਹੋ ਜਿਹਾ ਕੁਛ ਹੈ? ਫੌਜ ਤੁਸੀਂ ਵੇਖਦੇ ਹੀ ਭਾਈ, ਤਾਂ ਕਿਹੜੀ ਫੌਜ ਆ ਇਹ, ਤਾਂ ਦੇਖੋ ਜਦੋਂ ਕੋਈ ਚੱਲਦਾ ਹੁੰਦਾ ਉਦੋਂ ਬਥੇਰੇ ਪ੍ਰੇਮੀ ਨਾਲ